ਹਾਂਜੀ ਸਸ ਜੀ ਗੱਲ ਜੀ ਸਾਰਿਆਂ ਨੂੰ 2500 ਪੈਨਸ਼ਨ ਦੇ ਵੱਡੀ ਅਪਡੇਟ ਨਿਕਲ ਕੇ ਆ ਚੁੱਕੀ ਹੈ ਜੀ ਲੋਕਾਂ ਦੇ ਖਾਤੇ ਵਿੱਚ ਪੈਨਸ਼ਨ ਆ ਪਾ ਦਿੱਤੀ ਗਈ ਹੈ ਜੀ ਸਾਰੀ ਡਿਟੇਲ ਜਾਣਕਾਰੀ ਦਿੱਤੇ ਜਾ ਰਹੇ ਹਾਂ ਜੀ ਕੀ ਅਪਡੇਟ ਨਿਕਲ ਕੇ ਆਈ ਹੈ ਜੀ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉਤੇ ਹੈ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਵਿੱਚ ਜਿਹੜੀ ਵੀ ਨਵੀਂ ਅਪਡੇਟ ਆਂਦੀ ਹੈ ਜਾਂ ਕੋਈ ਵੀ ਨਵੀਂ ਸਕੀਮ ਜਾਰੀ ਕੀਤੀ ਜਾਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਟਰ ਤੱਕ ਪਹੁੰਚ ਸਕੀ ਜੀ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਜੀ 2500 ਪੈਨਸ਼ਨ ਤੇ ਕੀ ਅਪਡੇਟ ਹੈ ਤੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿੱਚ ਜਿਹੜੀ ਪੈਨਸ਼ਨ ਆਵਾ ਜੀ ਉਹ 2500 ਰੁਪਏ ਪੈਨਸ਼ਨ ਆ ਪਰ ਪੰਜਾਬ ਦੇ ਵਿੱਚ ਹਜੇ 1500 ਰੁਪਏ ਪੈਨਸ਼ਨ ਆ ਹੀ ਉਹ ਦਿੱਤੀਆਂ ਜਾ ਰਹੀਆਂ ਹਨ ਜੀ ਕਿਉਂਕਿ ਅ ਪਹਿਲਾ ਜਿਹੜਾ ਬਜਟ ਸੀ ਉਹ ਦਿੱਲੀ ਤੋਂ ਬੰਨਾ ਹੈ ਜੀ ਠੀਕ ਹੈ ਜੀ ਦਿੱਲੀ ਸੈਂਟਰ ਸਰਕਾਰ ਤੋਂ ਬਜਟ ਬੰਨਾ ਹੈ ਜੀ ਉਸ ਤੋਂ ਬਾਅਦ ਹੀ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਪੈਨਸ਼ਨ ਜਿਹੜੀ ਹੈ ਅੰਦਰ ਸੂਤ ਵਿਧਾ ਕੇ 2500 ਕੀਤੀ ਜਾਵੇਗੀ ਇਸ ਕਰਕੇ ਹਜੇ ਜਿਹੜੀ ਹੈ ਪੈਨਸ਼ਨ ਹੈ ਉਹ 1500 ਹੀ ਜਿਹੜੀ ਹੈ ਲੋਕਾਂ ਦੇ ਖਾਤਿਆਂ ਵਿੱਚ ਪਾਈ ਜਾ ਰਹੀ ਹੈ ਪਰ ਬਹੁਤ ਹੀ ਜਲਦ ਹੋ ਸਕਦਾ ਹੈ ਜੀ 31 ਮਾਰਚ ਤੱਕ ਜਿਹੜਾ ਬਜਟ ਚੱਲਣਾ ਹੈ ਜੀ 31 ਮਾਰਚ ਤੋਂ ਪਹਿਲਾਂ ਪਹਿਲਾਂ ਅਗਰ 2500 ਪੈਨਸ਼ਨ ਜੇਦੋਂ ਵੀ ਹੋਵੇਗੀ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਹੀ ਚੈਨਲ ਤੇ ਪ੍ਰੋਵਾਈਡ ਕਰ ਦਿੱਤੀ ਜਾਏਗੀ ਠੀਕ ਹੈ ਜੀ ਇਸ ਤੋਂ ਕੋਈ ਵੀ ਨੋਟੀਫਿਕੇਸ਼ਨ ਜੋ ਵੀ ਨਿਕਲੇਗਾ ਜਾਂ ਕਿਵੇਂ ਇਸ ਨੂੰ ਅਪਲਾਈ ਕਰਨਾ ਹੋਏਗਾ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਦੇ ਦੇ ਦਾਂਗੇ ਜੀ ਠੀਕ ਹੈ ਜੀ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਇਹਦੇ ਵਿੱਚ ਡਾਕੂਮੈਂਟ ਕੀ ਕੀ ਲੱਗਣੇ ਹੈ ਜੀ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਵੋਟਰ ਆਈਡੀ ਕਾਰਡ ਬੈਂਕ ਖਾਤੇ ਦੀ ਕਾਪੀ ਇਹ ਸਾਰੇ ਪ੍ਰੂਫ ਜਿਹੜੇ ਤੁਹਾਡੇ ਲੱਗਣੇ ਹੈ ਜੀ ਅਤੇ ਇਸ ਨੂੰ ਅਪਲਾਈ ਕਰਨ ਵਾਸਤੇ 60 ਸਾਲ ਉਮਰ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਤੇ ਇਹ ਹੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਮਿਲਦੇ ਆ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸੀ ਕਾਲ ਜੀ